ਜਿਵੇਂ ਮੈਂ ਉਦਾਹਰਨ ਦਿੰਦਾ ਹੁੰਦਾ ਵੀ ਤੁਸੀਂ 2016 ਦੇ ਵਿੱਚ ਰੰਗ ਮਾਰੇ ਜੀ, ਫੋਨ ਆਉਣ ਲੱਗ ਗਏ ਮੈਨੂੰ ਗੁਰਦਾਸਪੁਰੋਂ, ਅੰਮ੍ਰਿਤਸਰੋਂ, ਜਲੰਧਰੋਂ ਵੀ ਸਾਡੇ ਹੀ ਬੋਰਡ 'ਤੇ ਹੁੰਦੀ ਹੈ, ਹੁਣ ਸਾਰੇ ਥਾਂ ਬੋਰਡ ਤਾਂ ਤੇ ਰੰਗ ਲੱਖਾਂ ਮਾਰ ਕੇ ਜਾਊਗਾ। ਤੁਸੀਂ ਜਿੱਥੇ ਖੜ੍ਹੇ ਹੋ ਤੁਹਾਨੂੰ ਲੱਗਦਾ ਵੀ ਇੱਥੇ ਆਹ ਦਫ਼ਤਰ ਦੇ ਵਿੱਚ, ਆਹ ਬੋਰਡਾਂ ਦੇ ਉੱਤੇ, ਇਸ ਸਕੂਲ ਦੇ ਵਿੱਚ ਸਾਡੀ ਬੋਲੀ ਨਾਲ ਧੱਕਾ ਹੋ ਰਿਹਾ, ਦੁਕਾਨ ਦੇ ਵਿੱਚ ਧੱਕਾ ਹੋ ਰਿਹਾ। ਅਸੀਂ ਲੜਨਾ, ਖੜਨਾ, ਡਟਣਾ, ਲੁਧਿਆਣੇ ਜਾਓ, ਜਲੰਧਰ ਜਾਓ, ਕਿਤੇ ਜਾਓ ਤੁਸੀਂ, ਪਟਿਆਲੇ ਆਪਾਂ ਜਿਹੜਾ ਲੀੜੇ ਖਰੀਦਣ ਜਾਣੇ ਆ, ਜਿਹੜੇ ਆ ਵੱਡੇ ਵੱਡੇ ਬਣੇ ਆ, ਉਹਨਾਂ ਜਾਓ, ਉਹਨਾਂ ਦੀਆਂ ਦੁਕਾਨਾਂ 'ਚ ਲੱਗੀਆਂ ਕੁੜੀਆਂ ਦੇ ਮੁੰਡੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਆ। ਮੈਂ ਵੀ ਇੱਕ ਦਿਨ ਲੁਧਿਆਣੇ ਵਗ ਗਿਆ, ਉਹ ਮੇਰੇ ਨਾਲ ਮਖਾ ਬਿੱਲਿਆ ਬੀਬਾ, ਮੈਂ ਤਾਂ ਪੰਜਾਬੀ 'ਚ ਗੱਲ ਕਰੂੰਗਾ, ਮੈਂ ਤੂੰ ਕਿੱਥੋਂ ਆ, ਬੰਗਾਲ ਤੋਂ, ਯੂਪੀ? ਕਹਿੰਦੀ ਨਹੀਂ, ਮੈਂ ਤਾਂ ਮੁੱਲਾਂਪੁਰ ਤੋਂ ਹੈ। ਮੈਂ ਤੂੰ ਹਿੰਦੀ ਕਿਉਂ ਬੋਲੀ ਜਾਂਦੀ ਆ ਫਿਰ? ਉਹ ਕਹਿੰਦੀ ਕੰਪਨੀ ਦੀ ਹਦਾਇਤ ਆ। ਨੀਤੀ ਆ ਨਾ ਵੀ ਤੁਸੀਂ ਉਹਨਾਂ ਦੀ ਲੋਕਾਂ ਦੀ ਬੋਲੀ 'ਚ ਨਹੀਂ ਗੱਲ ਕਰਨੀ, ਜਾ ਕੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਜੋੜਨਾ, ਆਪਣੀ ਬੋਲੀ 'ਚ ਲੈ ਕੇ ਉਹ ਹਿੰਦੀ 'ਚ ਗੱਲ ਕਰਨ ਲਓ, ਇਹ ਜਾਣੇ। ਬਾਕੀ ਮੈਂ ਕਹਿੰਦਾ ਦੇਖੋ, ਸਾਡਾ ਕਿਸੇ ਬੋਲੀ ਨਾਲ ਕੋਈ ਵਿਰੋਧ ਨਹੀਂ ਆ, ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਹਾਂ, ਨਾ ਸਾਡਾ ਅਸੀਂ ਕੋਈ ਦਾ ਤਿਰਸਕਾਰ ਕਰਦੇ ਹਾਂ, ਸਭ ਦਾ ਸਤਿਕਾਰ ਆ, ਮਾਣ ਹੈ। ਗੱਲ ਆਪਣੀ ਮਾਂ ਬੋਲੀ ਦੀ ਹੋ ਰਹੀ ਆ ਵੀ ਸਾਡੀ ਮਾਂ, ਅਤੇ ਮਾਂ ਨੇ ਰਹਿਣੀ ਮਾਂ ਹੁੰਦਾ ਹੈ ਨਾ, ਮਾਵਾਂ ਦਾ ਥਾਂ ਆਪਾਂ ਸਾਰੇ ਜਾਣਦੇ ਹਾਂ, ਦੂਜੀਆਂ ਮਾਸੀਆਂ, ਚਾਚੀਆਂ, ਤਾਈਆਂ ਲੈਣੇ ਸਕਦੇ, ਉਹਨਾਂ ਦਾ ਸਤਿਕਾਰ ਆਪਣੇ ਥਾਂ, ਪਰ ਜੇ ਮਾਂ ਮਾਰ ਲਈ ਤਾਂ ਸਮਝੋ ਨਸਲਾਂ ਜੰਮਣੋਂ ਹਟ ਜਾਣ। ਜੀ ਬਹੁਤ ਸ਼ੁਕਰੀਆ। ਇੱਥੇ ਇੱਕ ਚੀਜ਼ ਆਈ ਕਿ ਕੋਲੰਬਸ ਆ ਨਾ, ਕੋਲੰਬਸ ਨੇ ਖੋਜ ਕੀਤੀ ਸੀਗੀ ਅਮਰੀਕਾ ਦੀ, ਜਦੋਂ ਕੋਲੰਬਸ ਵਾਪਸ ਗਿਆ ਤੇ ਇੱਕ ਮਿੰਟ ਲੱਗੇ, ਇੱਕ ਮਿੰਟ ਸੁਣਿਓ, ਕੋਲੰਬਸ ਨੇ ਖੋਜ ਕੀਤੀ ਸੀਗੀ ਅਮਰੀਕਾ ਦੀ, ਜਦੋਂ ਵਾਪਸ ਸਪੇਨ ਗਿਆ ਨਾ, ਉਦੋਂ ਪੁੱਛਿਆ ਗਿਆ ਬਈ ਇਹ ਤਾਂ ਕਿਸੇ ਨੇ ਵੀ ਕਰ ਲੈਣੀ ਸੀ ਜੇ ਉੱਧਰ ਨੂੰ ਜਾਂਦਾ। ਉਹਨੇ ਫਿਰ ਉਹ ਆਂਡਾ ਦਿੱਤਾ, ਇੱਕ ਆਂਡਾ ਸੀ ਉੱਥੇ ਪਿਆ, ਕਹਿੰਦਾ ਆਂਡਾ ਲੈ ਕੇ, ਆਂਡਾ ਲਿਆਂਦਾ, ਆਂਡਾ ਮੰਗਾਇਆ, ਕਹਿੰਦਾ ਬਈ ਇਸ ਆਂਡੇ ਨੂੰ ਖੜ੍ਹਾ ਕਰਕੇ ਦਿਖਾ ਦਿਉ। ਉਹ ਆਂਡੇ ਨੇ ਤਾਂ ਡਿੱਗਣਾ ਹੀ ਸੀ, ਉਹ ਕਹਿੰਦੇ ਤੂੰ ਕਰ ਦੇ, ਉਹਨੇ ਥੱਲਿਓਂ ਤੋੜਿਆ, ਖੜ੍ਹਾ ਕਰਤਾ। ਉਹ ਕਹਿੰਦੇ ਇਹ ਤਾਂ ਅਸੀਂ ਵੀ ਕਰ ਲੈਣਾ ਸੀ, ਕਹਿੰਦੇ ਕਰ ਲੈਣਾ ਸੀ ਜੇ ਤੁਹਾਡੇ 'ਚ ਹਿੰਮਤ ਹੁੰਦੀ। ਇਸ ਪੱਖੋਂ ਇਹਨਾਂ ਨੇ ਜੋ ਉੱਥੇ ਕੰਮ ਕੀਤਾ, ਠੀਕ ਆ ਨਾ, ਸਕੂਲ ਦੇ ਵਿੱਚ ਹੈ ਨਾ, ਆਹ ਜਿਹੜੀ ਬੋਲਣ 'ਤੇ ਜਿਹੜੀ ਮਨਾਹੀ ਆ ਨਾ, ਆਹ ਪੰਜਾਬ ਸਰਕਾਰ ਦਾ ਹੁਕਮ ਆ, ਇਹ 2018 ਦਾ ਹੁਕਮ ਜਾਰੀ ਕੀਤਾ ਹੋਇਆ। ਕਿਹਨੂੰ? ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ। ਜ਼ਿਲ੍ਹਾ ਸਿੱਖਿਆ ਅਫਸਰਾਂ ਦਾ ਇਹ ਕੰਮ ਸੀਗਾ ਕਿ ਸਾਰੇ ਸਕੂਲਾਂ ਦੇ ਵਿੱਚ ਆਹ ਦੇਖੋ, ਆਹ ਲਿਖਿਆ ਬਈ, ਇੱਕ ਤਾਂ ਪੰਜਾਬੀ ਪੜ੍ਹਾਉਣ ਦੀ ਗੱਲ, 2018 ਦੀ ਗੱਲ, ਇਹ ਮੁੱਦਾ ਸਾਡਾ ਚੱਕਿਆ ਹੋਇਆ ਸੀ, ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾ ਰਹੀ। 2008 ਤੋਂ ਕਾਨੂੰਨ ਬਣਿਆ ਹੋਇਆ, 2018 'ਚ ਸਾਰੇ ਸਕੂਲਾਂ ਚਾਲੂ ਹੋਈ ਆ ਇਹ ਪੰਜਾਬੀ ਪੜ੍ਹਾਉਣੀ। ਚਲੋ, ਉਹਨਾਂ ਨੇ ਜਾਣੀ ਉਸ ਟਾਈਮ 'ਤੇ ਆਹ ਵੀ ਕਿਹਾ ਸੀਗਾ ਕਿ ਬਹੁਤ ਸਾਰੇ ਗੈਰ ਸਰਕਾਰੀ ਸਕੂਲ, ਵਿਸ਼ੇਸ਼ ਤੌਰ 'ਤੇ ਜਿਹੜੇ CBSE ICSE ਬੋਰਡ ਨਾਲ ਸੰਬੰਧਿਤ ਹਨ, ਅੱਜ ਤੱਕ ਵੀ ਪਹਿਲੀ ਤੋਂ ਦਸਵੀਂ ਸ਼੍ਰੇਣੀ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਨਹੀਂ ਕਰਵਾਈ ਜਾ ਰਹੀ। ਦੂਜੀ ਜਿਹੜੀ ਗੱਲ ਸੀ ਜਿਹੜੀ ਇਹਨਾਂ ਨੇ ਚੱਕੀ ਉੱਤੇ, ਉਹ ਸੀਗਾ, ਇਹ ਵੀ ਧਿਆਨ ਵਿੱਚ ਆਇਆ ਕਿ ਕਈ ਗੈਰ ਸਰਕਾਰੀ ਸਕੂਲਾਂ ਨੇ ਸਕੂਲਾਂ ਦੇ ਅੰਦਰ ਪੰਜਾਬੀ ਬੋਲਣ 'ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ ਅਤੇ ਵਿਦਿਆਰਥੀਆਂ ਦੇ ਉਲੰਘਣਾ ਕਰਨ 'ਤੇ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਨਾ ਸਿਰਫ ਗੈਰ ਕਾਨੂੰਨੀ ਹੈ ਬਲਕਿ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਗਠਿਤ ਸੂਬੇ ਵਿੱਚ ਅਜਿਹਾ ਹੋਣਾ ਰਾਜ ਦੇ ਲੋਕਾਂ ਦੀ ਮਾਂ ਬੋਲੀ ਦਾ ਨਿਰਾਦਰ ਹੈ ਅਤੇ ਅਜਿਹਾ ਅਮਲ ਬੱਚਿਆਂ ਦੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ। ਆਪ ਨੂੰ ਪਹਿਲਾਂ ਵੀ ਕਈ ਵਾਰ ਲਿਖਿਆ ਜਾ ਚੁੱਕਿਆ ਹੈ। ਕਿਹਨੂੰ? ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ। ਕਿਹਨੇ ਲਿਖਿਆ? ਡਾਇਰੈਕਟਰ ਜਿਹੜਾ ਸਿੱਖਿਆ ਵਿਭਾਗ ਆ।
ਵੀ ਆਪ ਨੂੰ ਪਹਿਲਾਂ ਵੀ ਕਈ ਵਾਰ ਲਿਖਿਆ ਜਾ ਚੁੱਕਿਆ ਹੈ ਕਿ ਆਪਣੇ ਜ਼ਿਲ੍ਹੇ ਦੇ ਗੈਰ ਸਰਕਾਰੀ ਸਕੂਲਾਂ ਨੂੰ ਸੂਚਿਤ ਕਰੋ ਕਿ ਇਹ ਸਿਲਸਿਲਾ ਬੰਦ ਕਰਵਾਉਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਅਤੇ ਐਕਟ ਸੰਬੰਧੀ ਧਾਰਾਵਾਂ ਦੀਆਂ ਇਨ ਮਿਨ ਪਾਲਣਾ ਕਰਾਉਣੀ ਯਕੀਨੀ ਕੀਤੀ ਜਾਵੇ। ਹਾਂ ਇਹ ਕਾਹਤੇ ਉਹ ਸਿੱਖਿਆ ਅਫਸਰ ਨੇ ਨਹੀਂ ਕੀਤਾ, ਇਹ ਕਾਹਤੇ ਇਹਨਾਂ ਨੂੰ ਜਾ ਕੇ ਕਹਿਣ ਦੀ ਲੋੜ ਪਈ।